ਭਾਜੀ ਕਿੱਦਾਂ ਹਾਲ ਚਾਲ ਸਾਰਿਆਂ ਵੀਰਾਂ ਭੈਣਾਂ ਭਰਾਵਾਂ ਦਾ ਵੈਲਕਮ ਕਰਦੇ ਆਂ ਆਪਣੇ ਚੈਨਲ ਤੇ। ਮੈਂ ਲਜਪਾਲਾਂ ਦੇ ਲੜ ਲਗੀਆਂ ਮੇਰੇ ਤੋਂ ਗਮ ਪਰੇ ਰਹਿੰਦੇ, ਬਹੁਤ ਹੀ ਵਧੀਆ ਗੀਤ ਜਿਹੜਾ ਆਪਾਂ ਸੁਣਾਂਗੇ। ਪੀਟੀਸੀ ਪੰਜਾਬੀ ਛੋਟੇ ਚੈਂਪ ਉਹਦਾ ਮਤਲਬ ਛੋਟਾ ਚੈਂਪ 3 ਉਹਦੇ ਵਿੱਚ ਕਿਹਨਾਂ ਨੇ ਗਾਇਆ ਜੀ, ਨੰਦ ਸਿੰਗਿੰਗ ਮੈਂ ਲਜਪਾਲਾਂ ਦੇ ਲੜ ਲਗੀਆਂ ਵੌਇਸ ਆਫ ਪੰਜਾਬ ਛੋਟਾ ਚੈਂਪ ਦੇ ਵਿੱਚ। ਚਲੋ ਜੀ ਇਹਨੂੰ ਆਪਾਂ ਸੁਣਦੇ ਹਾਂ ਕਿੱਦਾਂ ਦਾ ਉਹਨਾਂ ਨੇ ਗਾਇਆ ਤੇ ਸਭ ਤੋਂ ਪਹਿਲੇ ਗੀਤ ਪਲੇ ਕਰੀਏ ਫਿਰ। ਚਲੋ ਜੀ ਸੁਣੀਏ ਫਿਰ। ਪਹਿਲਾਂ
ਜਦ ਵੀ ਸੁਣੀਏ ਹੁਣ ਕੀ ਕਹਿੰਦੇ ਨੇ ਨੰਦ ਲੁੱਟ ਲਿਆ ਤੂੰ ਸਾਰਾ ਕੁਝ ਨੰਦ ਜੀ ਨੂੰ ਲੈ ਨੰਦ ਨੂੰ ਨੰਦ ਜੀ ਪਹਿਲੋ ਇਹਨੂੰ ਜੇਬ ਚ ਪਾਓ ਗੋਡ ਬਲੈਸ ਯਾਰ ਹੋਏ 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 ਮੈਂ ਚਾਹੁੰਦਾ ਕਿ ਪਲੀਜ਼ ਯਾਰ ਸਾਰੇ ਖੜੇ ਹੋ ਕੇ ਇਸ ਬੱਚੇ ਵਾਸਤੇ ਤਾੜੀਆਂ ਵਜਾਓ ਪਲੀਜ਼ 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 ਯਾਰ ਨੰਦ ਤੂੰ ਹਰ ਐਪੀਸੋਡ ਚ ਇਦਾਂ ਹੀ ਜਾਨ ਕੱਢੇਗਾ ਆ ਦੇਖ ਰੋਂਗਟੇ ਖੜੇ ਕਰਤੇ ਯਾਰ ਹੋਏ 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 ਵਾਹ ਜੀ ਵਾਹ ਕੀ ਬਾਤ ਹੈ ਪੁੱਤ ਇੱਥੋਂ ਸਿੱਧ ਹੁੰਦਾ ਹੈ ਇੱਥੋਂ ਸਿੱਧ ਹੁੰਦਾ ਕਿ ਜਿਹੜੇ ਮਿਊਜ਼ੀਕਲ ਬੰਦੇ ਨੇ ਜਿਹੜੇ ਗਾਉਣ ਵਾਲੇ ਬੰਦੇ ਆ ਉਹਨਾਂ ਲਈ ਸਿਰਫ ਤੇ ਸਿਰਫ ਤੇ ਸਿਰਫ ਸੁਰ ਮਾਇਨੇ ਰੱਖਦਾ ਹੈ ਕੀ ਬਾਤ ਵਾਹ ਵਾਹ ਇਹ ਸੁਰ ਹੈ ਇਹ ਸੁਰ ਹੈ ਸਲੀਮ ਹਾਂਜੀ ਭਾਜੀ ਮੈਂ ਨਾ ਅੱਜ ਤੱਕ ਕਿਸੇ ਕਲਾਕਾਰ ਨੂੰ ਇਦਾਂ ਕਦੇ ਪੈਸੇ ਨਹੀਂ ਦਿੱਤੇ ਛੇਤੀ ਕਿਤੇ ਮੇਰਾ ਜੇਬ ਚ ਹੱਥ ਨਹੀਂ ਜਾਂਦਾ ਨਹੀਂ ਜਾਂਦਾ ਪਰ ਕਸਮ ਨਾਲ ਆ ਮੇਰੇ ਰੋਂਗਟੇ ਖੜੇ ਕਰਤੇ ਇਹਦੀ ਗਾਇਕੀ ਨੇ ਅੱਜ ਮੁੰਡੇ ਦੀ ਔਰ ਸਪੈਸ਼ਲੀ ਅੰਤਰੇ ਦੇ ਵਿੱਚ ਨਾ ਇਹਨੇ ਜੋ ਅਗਲੀ ਲਾਈਨ ਯਾਦ ਕਰਨ ਲਈ ਇੰਪਰੋਵਾਈਜ਼ ਕੀਤਾ ਨਾ ਅਲਾਪ ਲਾ ਕੇ ਹਾਂਜੀ ਉਹ ਰਿਹਰਸਲ ਦੌਰਾਨ ਨਹੀਂ ਸੀ ਲੇਕਿਨ ਇਹਦੀ ਹਾਜ਼ਰ ਦਿਮਾਗੀ ਜਿਹੜੀ ਦਿਮਾਗ ਦੀ ਪ੍ਰੈਜੈਂਸ ਆਫ ਮਾਈਂਡ ਜਿਹੜੀ ਹੈ ਨਾ ਉਹ ਜਗ੍ਹਾ ਸੰਭਾਲ ਗਿਆ ਔਰ ਕਮਾਲ ਦਾ ਗਾਇਆ ਅੱਜ ਪੁੱਤ ਮੇਰਾ ਵੀ ਹੱਥ ਜੇਬ 'ਚ ਚਲਾ ਗਿਆ ਕੀ ਬਾਤ ਹੈ ਥੈਂਕ ਯੂ ਸਾਡਾ ਤਾਂ ਭਰਾਵਾ ਦਿਲ ਕਰਦਾ ਸਾਡੇ ਸਾਹ ਵੀ ਤੇਰੇ ਨਾਂ ਹੋ ਜਾਣ ਇੰਨਾ ਸੋਹਣਾ ਤੂੰ ਗਾਇਆ ਬਹੁਤ ਸੋਹਣਾ ਯਾਰ ਅੱਛਾ ਫਿਰ ਜੱਜਾਂ ਦਾ ਜਦੋਂ ਬਾਅਦ ਦੇ ਵਿੱਚ ਰਵੱਈਆ ਹੁੰਦਾ ਉਹ ਬੜਾ ਮਾਨੇ ਰੱਖਦਾ ਬੱਚੇ ਦੇ ਮੋਟੀਵੇਸ਼ਨ ਵਾਸਤੇ ਵੇਖੋ ਕਿ ਜਿਵੇਂ ਕਿ ਹੁਣ ਉਹਨਾਂ ਨੇ ਪੈਸੇ ਵੀ ਦਿੱਤੇ ਕਿ ਮੇਰਾ ਜੇਬ 'ਚ ਹੱਥ ਜਾਂਦਾ ਨੀਗਾ ਲੇਕਿਨ ਅਸੀਂ ਟੁਰ ਗਿਆ ਤੇਰੀ ਪਰਫਾਰਮੈਂਸ ਵੇਖ ਕੇ ਨੰਦ ਨਾਂ ਇਹਦਾ ਤੇ ਸੋਹਣਾ ਗਾਇਆ ਉਹਨੇ ਬਹੁਤ ਵਧੀਆ ਬੱਚਿਆਂ ਦੇ ਇਹੋ ਜਿਹੇ ਟੈਲੈਂਟਸ ਨੂੰ ਨਾ ਐਪਰੀਸ਼ੀਏਟ ਕਰਨਾ ਚਾਹੀਦਾ ਬਿਲਕੁਲ ਔਰ ਸੌਖਾ ਗੀਤ ਨੀ ਗਾ ਮਤਲਬ ਆਖੋ ਕਿ ਸੌਖਾ ਹੈ ਇਹਦੇ ਵਿੱਚ ਤੁਸੀਂ ਸੁਰ ਹਰ ਚੀਜ਼ ਦਾ ਜਿਹੜਾ ਖਿਆਲ ਰੱਖਣਾ ਹੁੰਦਾ ਹੈ ਅਤੇ ਬਹੁਤ ਹੀ ਸੋਹਣੀ ਉਹਨਾਂ ਨੇ ਸਿੰਗਿੰਗ ਕੀਤੀ ਹੈ ਬਹੁਤ ਹੀ ਵਧੀਆ ਲੱਗਾ ਬਾਕੀ ਜਿਹੜਾ ਹੈ ਪਤਾ ਨਹੀਂ ਹੁਣ ਇਸ ਟਾਈਮ ਉਹ ਕਿੱਥੇ ਹੋਏਗਾ ਬੱਚਾ ਕੀ ਕਰ ਰਿਹਾ ਹੋਏਗਾ ਆਨੰਦ ਜਿਹੜਾ ਕਿਉਂਕਿ ਗੀਤ ਵਾਹਵਾ ਪੁਰਾਣਾ ਹੈ 5-6 ਸਾਲ ਹੋ ਗਏ ਨੇ ਅਤੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਉਸ ਤੋਂ ਬਾਅਦ ਉਹਦਾ ਕੀ ਹੁਣ ਇਸ ਟਾਈਮ ਕੀ ਕਰਦਾ ਹੋਏਗਾ ਤਾਂ ਪਤਾ ਨਹੀਂ ਲੇਕਿਨ ਬਹੁਤ ਸੋਹਣਾ ਉਹਨੇ ਗਾਇਆ ਸੀ ਅਤੇ ਜੇ ਸਾਨੂੰ ਵੇਖ ਰਿਹਾ ਤਾਂ ਬਹੁਤ ਹੀ ਵਧੀਆ ਯਾਰ ਜੇ ਤੂੰ ਹਰੇ ਤੱਕ ਮਿਊਜ਼ਿਕ ਇੰਡਸਟਰੀ ਦੇ ਵਿੱਚ ਮਤਲਬ ਅੱਗੇ ਨਹੀਂ ਆਇਆ ਤਾਂ ਮੈਨੂੰ ਨਹੀਂ ਲੱਗਦਾ ਕਿ ਤੂੰ ਅੱਗੇ ਨਾ ਆਇਆ ਹੋਵੇ ਅਤੇ ਆਉਣਾ ਚਾਹੀਦਾ ਸੀ ਕਿਉਂਕਿ ਬਹੁਤ ਹੀ ਸੋਹਣਾ ਗਾਇਆ ਸੀ ਅਤੇ ਇੱਦਾਂ ਹੀ ਮਤਲਬ ਬਹੁਤ ਸਾਰਾ ਟੈਲੈਂਟ ਜਿਹੜਾ ਬੱਚਿਆਂ ਨੂੰ ਮਤਲਬ ਤੁਸੀਂ ਲੈ ਕੇ ਆਓ ਅੱਗੇ ਅਤੇ ਸਪੈਸ਼ਲੀ PTC ਪੰਜਾਬੀ ਦਾ ਵੀ ਥੈਂਕ ਯੂ ਕਰਨਾ ਚਾਹੀਦਾ ਹਰ ਕਿਸੇ ਨੂੰ ਕਿ ਉਹਨਾਂ ਨੇ ਇੱਕ ਪਲੇਟਫਾਰਮ ਦਿੱਤਾ ਹੋਇਆ ਕਿ ਜਿੱਥੇ ਛੋਟੇ ਬੱਚੇ ਜਿਹੜੇ ਨੇ ਉਹ ਆ ਕੇ ਆਪਣਾ ਪਰਫਾਰਮ ਕਰ ਸਕਦੇ ਨੇ ਆਪਣਾ ਜਿਹੜਾ ਟੈਲੈਂਟ ਹੈ ਉਹ ਦੁਨੀਆ ਨੂੰ ਵਿਖਾ ਸਕਦੇ ਨੇ ਕਿ ਜੀ ਸਾਡੇ ਵਿੱਚ ਆਹ ਟੈਲੈਂਟ ਹੈ ਅਤੇ ਠੀਕ ਹੈ ਅਤੇ ਅਸੀਂ ਇਹ PTC ਪੰਜਾਬੀ ਜਿਹੜਾ ਹੈ ਨਾ ਉਹਦੇ ਸੋਰਸ ਨਾਲ ਉਹਦੇ ਤਫਲਸੁਲ ਨਾਲ ਇਸ ਟੈਲੈਂਟ ਨੂੰ ਅੱਗੇ ਪ੍ਰਮੋਟ ਜਿਹੜਾ ਕਰ ਰਹੇ ਨੇ ਬਹੁਤ ਵਧੀਆ ਲੱਗਾ ਯਾਰ ਨਾ PTC ਨੇ ਸ਼ੋਅ ਕੀਤਾ ਹੁੰਦਾ ਅਤੇ ਮਤਲਬ ਸਾਨੂੰ ਅੱਜ ਪਤਾ ਹੀ ਨਹੀਂ ਸੀ ਹੋਣਾ ਇਹਨਾਂ ਦੇ ਬਾਰੇ 'ਚ ਲੇਕਿਨ ਬਹੁਤ ਵਧੀਆ ਉਹਨਾਂ ਨੇ ਗਾਇਆ ਬਾਕੀ ਤੁਸੀਂ ਵੀ ਕਮੈਂਟ ਕਰਿਓ ਆਪਣੀ ਰਾਏ ਜ਼ਰੂਰ ਦਿਓ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ